हेलो डियर स्टूडेंट ਅਸੀਂ ਪਲੱਸ 2 ਜਮਾਤ ਦੀ ਕਾਗਿਆਰੀ ਪੁਸਤਕ ਵਿੱਚ ਦਰਜ ਕਵਿਤਾ ਤਾਜ ਮਹਿਲ ਜੋ ਕਿ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਰਚਨਾ ਹੈ ਬਾਰੇ ਪੜ ਰਹੇ ਸੀ ਇਸ ਕਵਿਤਾ ਦੇ ਪਹਿਲੇ ਭਾਗ ਦੀ ਵਿਆਖਿਆ ਸੀ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਦੂਸਰੇ ਭਾਗ ਦੀ ਵਿਆਖਿਆ ਕਰਨੀ ਹੈ ਬੇਟਾ ਇਸ ਕਵਿਤਾ ਦੇ ਪਹਿਲੇ ਭਾਗ ਵਿੱਚ ਕਵੀ ਨੇ ਤਾਜ ਮਹਿਲ ਦੀ ਖੂਬਸੂਰਤੀ ਦਾ ਬਕੂਬੀ ਵਰਣਨ ਕੀਤਾ ਹੈ ਅਤੇ ਦੂਸਰੇ ਭਾਗ ਵਿੱਚ ਸਮਰਾਜੀ ਤਾਨਾਸ਼ਾ ਸ਼ਕਤੀਆਂ ਭਾਵ ਕਿ ਸ਼ਾਹਜਹਾਂ ਦੁਆਰਾ ਗਰੀਬ ਮਜ਼ਦੂਰਾਂ ਦਾ ਜੋ ਸ਼ੋਸ਼ਣ ਕੀਤਾ ਗਿਆ ਸੀ ਉਹਨਾਂ ਦੇ ਉੱਪਰ ਜੋ ਜ਼ੁਲਮ ਟਾਇਆ ਗਿਆ ਸੀ ਉਸ ਨੂੰ ਵੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਤਰ੍ਹਾਂ ਕਵੀ ਨੇ ਹਜ਼ਾਰਾਂ ਮਜ਼ਦੂਰਾਂ ਦੇ ਜ਼ੁਲਮ ਦੇ ਆਧਾਰ ਤੇ ਉਸਾਰੇ ਗਏ ਤਾਜ ਮਹਿਲ ਨੂੰ ਸੁੰਦਰਤਾ ਦਾ ਨਮੂਨਾ ਨਹੀਂ ਬਲਕਿ ਮਨੁੱਖਤਾ ਨਾਲ ਕੀਤਾ ਗਿਆ ਧੋਖਾ ਕਰਾਰ ਕੀਤਾ ਹੈ ਓਕੇ ਬੇਟਾ ਹੁਣ ਨੈਕਸਟ ਪੇਜ ਨੰਬਰ 32 32 ਦੇ ਉੱਪਰ ਜੋ ਲਾਸਟ ਪੈਰਾ ਸੀ ਇਸ ਤੋਂ ਸਾਡਾ ਸੈਕਿੰਡ ਪਾਰਟ ਸ਼ੁਰੂ ਹੋਣਾ ਹੈ ਠੀਕ ਹੈ ਪਹਿਲੇ ਅਸੀਂ ਇਸ ਨੂੰ ਰੀਡ ਕਰਾਂਗੇ ਜੋ ਪਾਰਟ ਅਸੀਂ ਅੱਜ ਇਸ ਦੀ ਵਿਆਖਿਆ ਕਰਨੀ ਹੈ ਸੁੱਤੇ ਇਸ ਚਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾ ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ-ਚੁੱਪ ਵਾਂਗ ਚਰਾਗਾ ਨੈਕਸਟ 33 ਪੇਜ ਤੇ ਬੇਟਾ ਗੁੰਬਦ ਦਿਆਂ ਉਬਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤਰਹਾਈਆਂ ਜਿੱਦਾਂ ਬਰਫ਼ ਦੁੱਧ ਚੰਨ ਚਿੱਟੇ ਇੱਕ ਉਬਾਰਾਂ ਉੱਤੇ ਫਿਰਨ ਊਂਗ ਦੇ ਨਾਲ ਸਵਾਦਾਂ ਪੋਟੇ ਪਿਆਰ ਵਿਗੁੱਤੇ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ ਸ਼ਾਹਜਹਾਨ ਦੇ ਸੋਹਜ ਸਵਾਦ ਨੂੰ ਲੂ ਲੂ ਪਿਆ ਸਲਾਹਵੇ ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ ਚੀਕਾਂ ਕੂਕਾਂ ਤੇ ਫਰਿਆਦਾ ਜਾ ਅੰਬਰ ਨੂੰ ਸ਼ੋਹਿਆ ਹੁਣ ਇਸ ਤੋਂ ਬਾਅਦ ਬੇਟਾ ਅਸੀਂ ਇਸ ਪੈਰੇ ਦੇ ਜੋ ਅੱਜ ਅਸੀਂ ਵਿਆਖਿਆ ਕਰਨੀ ਹੈ ਇਸ ਦੇ ਵਰਡ मीनिंग ਨੋਟ ਕਰਾਂਗੇ ਤੁਸੀਂ ਆਪਣੀਆਂ ਬੁੱਕਸ ਦੇ ਉੱਪਰ ਪੈਨਸਲ ਨਾਲ ਲਿਖਨੇ ਨੇ ਫਰਸਟ ਵਰਡ ਬੇਟਾ ਜਿਵੇਂ ਗਿਆ ਚੌਗਿਰਦੇ ਆਲਾ ਦੁਆਲਾ ਨੈਕਸਟ 33 ਪੇਜ ਦੇ ਜੋ ਸਾਡੇ ਪੈਰੇ ਨੇ ਵਰਡ ਬੇਟਾ ਮਸਤ ਆਈਆਂ ਮਸਤ ਅਲਸਾਈਆਂ ਨੀਂਦ ਨਾਲ ਭਰੀਆਂ ਸੋਹਜ ਸਵਾਦ ਸੋ ਸੋ ਆ ਜਾਏਗਾ তাজਮਹਿਲ ਦੀ ਖੂਬਸੂਰਤੀ ਖੂਬਸੂਰਤੀ ਤਰਹਾਈਆਂ ਤ੍ਰਿਸ਼ਨਾ ਨੈਕਸਟ ਪੇਟਾ ਵਰਡ ਹੈ ਵਿਗੁੱਤੇ ਗੁਆਚੇ ਕਸਬ ਕੰਮ ਹੁਨਰ ਕਲਾ ਹੈਰਤ ਵਧ ਦੀ ਜਾਵੇ ਹੈਰਾਨੀ ਵਧਨਾ ਲੂ ਲੂ ਪਿਆਸ ਸਲਾਵੇ ਸਿਫਤ ਕਰਨਾ ਨੈਕਸਟ ਪੇਟਾ ਵਰਡ ਹੈ ਕੂਕ ਪੁਕਾਰਾਂ ਫਰਿਆਦਾਂ ਬੇਨਤੀ ਨੈਕਸਟ ਅੰਬਰ ਨੂੰ ਸ਼ੋਹਾ ਬਹੁਤ ਉੱਚੀਆਂ ਆਵਾਜ਼ਾਂ ਠੀਕ ਹੈ ਹੁਣ ਇਸ ਤੋਂ ਬਾਅਦ ਅਸੀਂ ਜਦੋਂ ਵਿਆਖਿਆ ਕਰਨੀ ਹੈ ਸਭ ਤੋਂ ਪਹਿਲਾਂ ਦੇਖੋ ਸਾਡੀ ਸਟਾਰਟਿੰਗ ਵਾਲੀ ਜੋ ਲਾਈਨ ਹੈ ਸੁੱਤੇ ਸੁਚੋਗਿਰਦੇ ਅੰਦਰ ਠੀਕ ਹੈ ਇਸੇ ਤਰ੍ਹਾਂ ਪਹਿਲਾਂ ਅਸੀਂ ਸੰਕੇਤ ਹੈਡਿੰਗ ਦੇਵਾਂਗੇ ठीक संकेत हैडिंग देख के उससे स्टार्टिंग वर्ड लै लिया सुते एस डैश डैश और लास्ट वर्ड बेटा देखो जा अंबरू शोहिया ठीक है थीके? और लास्ट वर्ड लै लिया अंबरू शोहिया इस तो बाद बेटा नेक्स्ट पॉइंट आ गया व्याख्या और व्याख्या असी कॉपीज़ उपर नोट करनी है ठीक है चलो फस्ट पैर बेटा पहले ਸੁੱਤੇ ਇਸ ਚੋਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ-ਚੁੱਪ ਵਾਂਗ ਚਰਾਗਾ ਇਨ੍ਹਾਂ ਸਤਰਾਂ ਵਿੱਚ ਕਵੀ ਨੂੰ ਤਾਜਮਹਿਲ ਦਾ ਸਾਰਾ ਆਲਾ-ਦਵਾਲਾ ਸੁੱਤਾ ਜਾਪਦਾ ਹੈ ਅਤੇ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਇਕੱਲਾ ਹੀ ਜਾਗ ਰਿਹਾ ਹੈ ਅਤੇ ਉਸ ਦੀਆਂ ਅੱਖਾਂ ਚਿਰਾਗ ਵਾਂਗ ਜਗ ਰਹੀਆਂ ਹਨ ਅਤੇ ਤਾਜ ਮਹਿਲ ਦੀ ਖੂਬਸੂਰਤੀ ਨੂੰ ਨਿਹਾਰ ਰਹੀਆਂ ਹਨ ਠੀਕ ਹੈ ਨੈਕਸਟ ਦੇਖੋ ਨੈਕਸਟ ਪੇਜ ਤੇ ਬੇਟਾ ਗੁੰਬਦ ਦਿਆਂ ਉਬਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤਰਹਾਈਆਂ ਇਕੇ ਉਹਦੀ ਸਿਵਿਆਖਿਆ ਬੇਟਾ ਤਾਜ ਮਹਿਲ ਦੀ ਸੁੰਦਰਤਾ ਵੇਖ ਕੇ ਮਸਤ ਤੇ ਨੀਂਦ ਨਾਲ ਭਰੀਆਂ ਹੋਈਆਂ ਅੱਖਾਂ ਉਸ ਦੇ ਉੱਪਰ ਬਣੇ ਗੁੰਬਦ ਦੇ ਉਬਾਰਾਂ ਦੀ ਖੂਬਸੂਰਤੀ ਨੂੰ ਤੱਕ ਰਹੀਆਂ ਸਨ ਅਤੇ ਕਵੀ ਦੀ ਤਾਜ ਮਹਿਲ ਨੂੰ ਵੇਖ ਕੇ ਆਨੰਦ ਮਾਣਨ ਦੀ ਤ੍ਰਿਸ਼ਨਾ ਨੂੰ 부ਝਾ ਰਹੀਆਂ ਸਨ ਠੀਕ ਹੈ ਨੈਕਸਟ ਦੇਖੋ ਬੇਟਾ ਜਿੱਦਾਂ ਬਰਫ਼ ਦੁੱਧ ਚੰਨ ਚਿੱਟੇ ਹਿੱਕ ਉਬਾਰਾਂ ਉੱਤੇ ਫਿਰਨ ਊਂਗ ਦੇ ਨਾਲ ਸੁਵਾਦਾ ਪੋਟੇ ਪਿਆਰ ਵਿਗੁੱਤੇ ਹੁਣ ਇਸ ਪੈਰੇ ਦੀ ਵਿਆਖਿਆ ਦੇਖੋ ਬੇਟਾ ਇਹਨਾਂ ਸਤਰਾਂ ਵਿੱਚ ਕਵੀ ਤਾਜ ਮਹਿਲ ਦੀ ਸੁੰਦਰਤਾ ਨੂੰ ਬਿਆਨ ਕਰਦੇ ਹੋਏ ਲਿਖਦਾ ਹੈ ਕਿ ਜਿਵੇਂ ਬਰਫ਼ ਦੁੱਧ ਅਤੇ ਚੰਨ ਚਿੱਟੇ ਰੰਗ ਦੇ ਹੁੰਦੇ ਹਨ ਉਸੇ ਤਰ੍ਹਾਂ ਹੀ ਤਾਜ ਮਹਿਲ ਦੇ ਸੰਗਮਰਮਰ ਦੀਆਂ ਸਿਲਾ ਦੇ ਬਣੇ ਹੋਏ ਗੁੰਬਦ ਦੇ ਉਬਾਰ ਵੀ ਚਿੱਟੇ ਸਨ ਤੇ ਇਸ ਖੂਬਸੂਰਤੀ ਦਾ ਆਨੰਦ ਲੈੰਦੇ ਹੋਇਆ ਕਵੀ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੇ ਪੋਟੇ ਗੁੰਬਦ ਨੂੰ ਛੂ ਰਹੇ ਹੋਣ ਹੈ ਨਾ ਪੋਟੇ ਪਿਆਰ ਵਿਗੁਤੇ ਕਿ ਜਿਵੇਂ ਉਸ ਦੇ ਪੋਟੇ ਹੱਥਾਂ ਦੇ ਪੋਟੇ ਗੁੰਬਦ ਨੂੰ ਸ਼ੂ ਰਹੇ ਹਨ ਠੀਕ ਹੈ ਨੈਕਸਟ ਦੇਖੋ ਬੇਟਾ ਨੈਕਸਟ ਪੈਰਾ ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ ਸ਼ਾਹਜਹਾਨ ਦੇ ਸੋਹਜ ਸਵਾਦ ਨੂੰ ਲੂ ਲੂ ਪਿਆ ਸਲਾਹਵੇ ਠੀਕ ਹੈ ਹੁਣ ਇਸ ਪੈਰੇ ਦੀ ਵਿਆਖਿਆ ਦੇਖੋ ਬੇਟਾ ਕਵੀ ਜਦੋਂ ਤਾਜ ਮਹਿਲ ਦੀ ਸੁੰਦਰਤਾ ਨੂੰ ਵੇਖਦਾ ਹੈ ਤਾਂ ਉਸ ਦੀ ਮੁਗਲ ਬਾਦਸ਼ਾਹ ਸ਼ਾਹ ਜਹਾਂ ਦੇ ਕੰਮ ਕਸਬ ਮਤਲਬ ਕੰਮ ਅਤੇ ਕਲਾ ਨੂੰ ਵੇਖ ਕੇ ਹੈਰਾਨੀ ਵੱਧਦੀ ਜਾਂਦੀ ਹੈ ਠੀਕ ਹੈ ਨੈਕਸਟ ਲਾਈਨ ਹੈ ਨਾ ਸ਼ਾਹ ਜਹਾਂ ਦੇ ਸੋਹਜ ਸਵਾਦ ਨੂੰ ਲੂ ਲੂ ਪਿਆਸ ਲਾਵੇ ਅਤੇ ਮੁਗਲ ਬਾਦਸ਼ਾਹ ਦੀ ਕਲਾ ਪ੍ਰਤੀ ਰੁਚੀ ਵੇਖ ਕੇ ਅਰਥਾਤ ਉਸ ਦੁਆਰਾ ਉਸਾਰੇ ਗਏ ਤਾਜ ਮਹਿਲ ਨੂੰ ਵੇਖ ਕੇ ਕਵੀ ਦਾ ਨੂ ਨੂ ਉਸ ਦੀ ਸਿਫਤ ਕਰਦਾ ਹੈ ਠੀਕ ਹੈ ਨੈਕਸਟ ਪੈਰਾ ਦੇਖੋ ਬੇਟਾ ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਸ਼ੋਹਿਆ ਨੈਕਸਟ ਇਸ ਦੀ ਵਿਆਖਿਆ ਬੇਟਾ ਕਵੀ ਜਦੋਂ ਤਾਜ ਮਹਿਲ ਦੀ ਸੁੰਦਰਤਾ ਨੂੰ ਨਿਹਾਰ ਰਿਹਾ ਸੀ ਵੇਖ ਰਿਹਾ ਸੀ ਤਾਂ ਅਚਾਨਕ ਉਸ ਦੀ ਕਲਪਨਾ ਵਿੱਚ ਤਾਜ ਮਹਿਲ ਦਾ ਗੁੰਬਦ ਰੂਪੀ ਆਂਡਾ ਟੋਟੇ ਟੋਟੇ ਹੋ ਗਿਆ ਕਿਉਂਕਿ ਜੋ ਸਭ ਕੁਝ ਜੋ ਸੋਚ ਰਿਹਾ ਸੀ ਕਵੀ ਦੀ ਕਲਪਨਾ ਸੀ ਠੀਕ ਹੈ ਅਤੇ ਨੈਕਸਟ ਲਾਈਨ ਆਈ ਹੈ ਨਾ ਚੀਕਾ ਕੁਕਾ ਤੇ ਫਰਿਆਦਾ ਜਾ ਅੰਬਰ ਨੂੰ ਸ਼ੋਹਿਆ ਹੁਣ ਚੀਕਾ ਕੁਕਾ ਕਿਸ ਤੀਆਂ ਸਨ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀਆਂ ਠੀਕ ਹੈ ਜਿਨ੍ਹਾਂ ਨੇ ਤਾਜਮਹਿਲ ਨੂੰ ਬਣਾਇਆ ਸੀ ਤੇ ਉਸ ਵਿੱਚੋਂ ਉਸ ਨੂੰ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀਆਂ ਚੀਕਾਂ ਕੂਕਾਂ ਤੇ ਫਰਿਆਦਾਂ ਸੁਣਾਈ ਦੇਣ ਲੱਗ ਪਈਆਂ ਤੇ ਇਹ ਆਵਾਜ਼ਾਂ ਇੰਨੀਆਂ ਉੱਚੀਆਂ ਸਨ ਕਿ ਅੰਬਰ ਨੂੰ ਸ਼ੋਰ ਰਹੀਆਂ ਸਨ ਠੀਕ ਹੈ ਹੁਣ ਇੱਥੇ ਤੱਕ ਬੇਟਾ ਸਾਡੀ ਵਿਆਖਿਆ ਕੰਪਲੀਟ ਹੋ ਗਈ ਹੈ ਇਹ ਵਿਆਖਿਆ ਤੁਸੀਂ ਆਪਣੀ ਕਾਪੀਜ਼ ਉੱਪਰ ਨੋਟ ਕਰਨੀ ਹੈ ਤੇ ਨਾਲ ਹੀ ਜੋ ਅਸੀਂ ਸਾਡਾ ਫਰਸਟ ਪਾਰਟ ਪੋਇਮ ਦਾ ਹੋ ਗਿਆ ਉਹ ਵੀ ਰਿਵਾਈਜ਼ ਕਰਨਾ ਹੈ ਤੇ ਨੈਕਸਟ ਜੋ ਬੇਟਾ ਸਾਡੇ ਲਾਸਟ ਪੈਰਾ ਲੈ ਗਏ 33 ਤੇ 2 ਪੈਰਾ ਤੇ 34 ਪੇਜ ਦੇ ਉੱਪਰ ਠੀਕ ਹੈ 4 ਪੈਰਾ ਰਹਿ ਗਏ ਉਹਨਾਂ ਦੇ ਵਰਡ मीनिंग ਪਲਾਨ ਕਰਨੇ ਨੇ ਓਕੇ ਬੇਟਾ ਥੈਂਕ ਯੂ